نحمد ونصلي على رسوله الكريم اما بعد اعوذ بالله من الشيطان الرجيم بسم الله الرحمن الرحيم لا اله الا الله محمد رسول الله قل ربنا بك يا رسول الله صلى الله عليه واله وسلم قابل صدر عمل جيد طلبا عيدي الله پیچھے قرآن ثرابی قرآن حلم طب محمدی صلى الله عليه واله وسلم روحانی لائج سلسلی نشست وچ ਗੁਨਾਹਾਂ ਦੀਆਂ ਜ਼ੁਲਮਾਤੀ ਬਦਬੂਦਾਰ ਮੁਤਫਰ ਮਨਫੀ ਐਨਰਜੀਆਂ ਨੂੰ ਜਲਾਉਣ ਦਾ ਅਮਲ ਦੱਸਨੇ ਆ ਕਿਉਂਕਿ ਇਹੀ ਲਾਸ਼ੌਰ ਦੇ ਮੌਜੂਦ ਨੈਗੇਟਿਵ ਐਨਰਜੀਆਂ ਜਿਹੜੀਆਂ ਇਨਸਾਨ ਦੇ ਅੰਦਰ ਬੁਰੇ ਖਿਆਲਾਤ ਪੈਦਾ ਕਰਦੇ ਇਨਸਾਨ ਦੀ ਜ਼ਿਹਨ ਦੀ ਸਕਰੀਨ ਤੇ ਬੁਰੇ ਖਿਆਲਾਤ ਪੈਦਾ ਕਰਦੀ ਹੈ ਔਰ ਇਨਸਾਨ ਦੇ ਜ਼ਿਹਨ 'ਚ ਬੁਰੇ ਖਿਆਲਾਤ ਆਉਣ ਨਾਲ ਜ਼ਹਿਰੀਲੇ ਕੈਮੀਕਲ ਪੈਦਾ ਹੁੰਦੇ ਨੇ ਖੂਨ 'ਚ ਰਲ ਕੇ ਇਨਸਾਨ ਨੂੰ ਬਿਮਾਰੀਆਂ ਨੂੰ ਪੈਦਾ ਕਰਦੇ ਨੇ قرآن حکیم دی سورہ آراف دی آیت نمبر 23 نو 7 واری پڑھ کے پانی دے دم کر کے صبح شام 40 دن تک پیندے رہو اول احد درود شریف پڑھو انشاءاللہ انسان دے انکانشی مین دے اندر موجود تمام ظلماتی مدبدار متفن انرجیاں جڑیاں جل جان گیاں جڑیاں انسان دے اندر برے خیالات پیدا کر دیاں اور برے خیالات دی وجہ نال جڑے کیمیکل زہریلے ਪੈਦਾ ਹੁੰਦੇ ਨੇ ਜਿਹੜੇ ਇਨਸਾਨੀ ਜਿਸਮ 'ਚ ਪਾਣੀ 'ਚ ਰਲ ਕੇ ਇਨਸਾਨ ਦੇ ਸੈਲਜ਼ ਨੂੰ ਬਿਮਾਰ ਕਰਦੇ ਨੇ ਔਰ ਬਿਮਾਰੀਆਂ ਪੈਦਾ ਕਰਦੇ ਸਾਰੀਆਂ ਮਨਫੀ ਐਨਰਜੀਆਂ ਇਨਸ਼ਾ ਅੱਲਾਹ ਜਲ ਜਾਣਗੀਆਂ ਅੱਲਾਹ ਸੁਣ ਦੀ ਬਾਰਗਾਹ 'ਚ ਦਿਲ ਦੀ ਗਹਿਰਾਈਆਂ ਦੁਆ ਕਿ ਅੱਲਾਹ ਸੁਣਿਆ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਔਰ ਆਪਣੀ ਸੋਹਣੀ ਪਾਕਿਜ਼ਾਦ ਦਾ ਸਦਕਾ ਤਮਾਮ ਬਿਮਾਰਾਂ ਨੂੰ ਸ਼ਿਫਾ ਕਾਮਲਾ ਅਜਲਾ ਤਾ ਫਰਮਾਏ ਅੱਲਾਹੁ ਅਕਬਰ ਕਬੀਰ ਵਮਾ ਅਲੈਨਾ ਇਲਾ ਅਲ ਬਲਾਗ ਅਲ ਮਬੀਨ